ਅਬਦੁੱਲਾ ਬੱਗਾ ਪਿੰਡ ਅਤੇ ਹੋਰ ਕਈ ਨਾਮੀ ਖਿਡਾਰੀਆਂ ਨੂੰ ਤਿਆਰ ਕਰਨ ਵਾਲੇ ਦੁਆਬੇ ਇਲਾਕੇ ਦੇ ਮਸ਼ਹੂਰ ਕੋਚ ਦਾ ਨਾਮ ਹੈ ਪੰਮਾ ਗਾਂਦਰਾ, ਜੋ ਲੰਮੇ ਸਮੇਂ ਤੋਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਖਿਡਾਰੀਆਂ ਨੂੰ ਸਹੀ ਸੇਧ ਦੇ ਕੇ ਕਬੱਡੀ ਦੇ ਸਿਖਰ ਤੇ ਪਹੁੰਚਾਉਣ ਦਾ ਕੰਮ ਕਰਦੇ ਆ ਰਹੇ ਹਨ। ਇਨ੍ਹੀਂ ਦਿਨੀ ਪੰਮਾ ਗਾਂਦਰਾ ਨਕੋਦਰ ਦੇ ਨੈਸ਼ਨਲ ਕਾਲਜ ਵਿੱਚ ਹਰ ਸਵੇਰ ਨੂੰ ਆਪਣੀਆਂ ਸੇਵਾਵਾਂ ਦਿੰਦੇ ਹਨ, ਜਿਸ ਨਾਲ ਕਬੱਡੀ ਨੂੰ ਕਈ ਹੀਰੇ ਮਿਲ ਰਹੇ ਹਨ। ਇਹਨਾਂ ਹੀਰਿਆਂ ਨੂੰ ਤਰਾਸ਼ ਰਹੇ ਨੇ ਕਬੱਡੀ ਕੋਚ ਪੰਮਾ ਗਾਂਦਰਾ। ਸਾਡੀ ਟੀਮ ਨੇ ਨਕੋਦਰ ਦੇ ਨੈਸ਼ਨਲ ਕਾਲਜ ਦਾ ਦੌਰਾ ਕੀਤਾ ਅਤੇ ਇਸ ਕਬੱਡੀ ਕੈਂਪ ਦਾ ਜਾਇਜ਼ਾ ਲਿਆ। ਦੇਖੋ ਨਕੋਦਰ ਤੋਂ ਇਹ ਖਾਸ ਰਿਪੋਰਟ। ਐਨਆਰਈ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ। ਅੱਜ ਅਸੀਂ ਪਹੁੰਚ ਚੁੱਕੇ ਹਾਂ ਨਕੋਦਰ ਸ਼ਹਿਰ ਦੇ ਵਿੱਚ, ਜਿੱਥੇ ਕਿ ਨੈਸ਼ਨਲ ਕਾਲਜ ਦੀ ਗਰਾਊਂਡ ਦੇ ਵਿੱਚ ਕਬੱਡੀ ਕੋਚ ਪੰਮਾ ਗਾਂਦਰਾ ਜੀ ਵੱਲੋਂ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ। ਗੱਲ ਕਰਦੇ ਹਾਂ ਉਹਨਾਂ ਦੇ ਨਾਲ, ਟ੍ਰੇਨਿੰਗ ਕੈਂਪ ਕਿੰਨੇ ਟਾਈਮ ਤੋਂ ਲਗਾ ਰਹੇ ਆ ਅਤੇ ਇਹਨਾਂ ਦਾ ਡੇਲੀ ਸਮਾਂ ਕੀ ਆ ਟ੍ਰੇਨਿੰਗ ਕੈਂਪ ਲਗਾਉਣ ਦਾ? ਐਨਆਰਈ ਟੀਵੀ ਤੇ ਤੁਹਾਡਾ ਸਵਾਗਤ ਹੈ ਪੰਮਾ ਗਾਂਦਰਾ ਜੀ। ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਐਨਆਰਈ ਟੀਵੀ ਦਾ ਵੀ, ਬਹੁਤ ਬਹੁਤ ਧੰਨਵਾਦ ਤੁਹਾਡੀ ਟੀਮ ਦਾ ਵੀ, ਬਹੁਤ ਬਹੁਤ ਸ਼ੁਕਰੀਆ। ਪੰਮਾ ਗਾਂਦਰਾ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਟ੍ਰੇਨਿੰਗ ਕੈਂਪ ਲਗਾਉਂਦਿਆਂ ਨੂੰ? ਮੈਨੂੰ ਤਾਂ ਜੀ 18 ਤੋਂ 19 ਸਾਲ ਹੋ ਗਏ ਇੱਥੇ, 18-19 ਸਾਲ ਹੋ ਗਏ ਤਕਰੀਬਨ 18 ਤੋਂ ਮੈਨੂੰ ਪਤਾ ਵੀ 18-19 ਸਾਲ ਤਾਂ ਮੈਨੂੰ ਹੋ ਹੀ ਗਿਆ ਇੱਥੇ ਤਕਰੀਬਨ। ਅਤੇ ਇੱਕ ਸਮਾਂ ਕੀ ਆ ਤੁਹਾਡਾ, ਸਵੇਰ ਦਾ ਜਾਂ ਸ਼ਾਮ ਦਾ, ਕਿੰਨੇ ਘੰਟੇ ਇੱਥੇ ਟ੍ਰੇਨਿੰਗ ਦਿੰਦੇ ਆ ਬੱਚਿਆਂ ਨੂੰ? ਮੈਂ ਭਾਅ ਜੀ 2 ਘੰਟੇ ਸੁਬਹ ਲਵਾਉਣਾ, ਫਿਰ ਸ਼ਾਮ ਨੂੰ ਮੇਰੇ ਪਿੰਡ ਕਾਫੀ ਵਧੀਆ ਗਰਾਊਂਡ ਆ, ਉੱਥੇ ਵੀ ਉੱਥੇ ਅਸੀਂ ਪਲੇ ਕਰਦੇ ਹਾਂ, ਸ਼ਾਮ ਨੂੰ ਮੈਚ ਖੇਡਦੇ ਹਾਂ 2-3 ਮੈਚ ਡੇਲੀ, ਉੱਥੇ 2-3 ਮੈਚ ਵੀ ਹੋ ਜਾਂਦੇ। ਸਵੇਰੇ ਇੱਥੇ ਅਸੀਂ 5:30 ਪਹੁੰਚ ਜਾਂਦੇ ਹਾਂ, ਫਿਰ ਅਸੀਂ 8 ਵਜੇ ਤਾਈਂ 2 ਘੰਟੇ ਟ੍ਰੇਨਿੰਗ ਕਰ ਲੈਂਦੇ ਹਾਂ ਭਾਅ ਜੀ। ਜਿਹੜੀ ਹੈ ਜਿਹੜੀ 2-3 ਘੰਟੇ ਤੁਸੀਂ ਟ੍ਰੇਨਿੰਗ ਕਰਦੇ ਆ, ਉਸ ਟ੍ਰੇਨਿੰਗ ਦੇ ਵਿੱਚ ਤੁਹਾਡੇ ਕੋਲ ਕੁੱਲ ਕਿੰਨੇ ਖਿਡਾਰੀ ਆ ਜਿਹੜੇ ਨਵੇਂ ਆ ਤੁਹਾਡੇ ਕੋਲ ਆਉਂਦੇ ਮੁੰਡੇ? ਮੇਰੇ ਕੋਲ ਭਾਅ ਜੀ ਜਿੱਦਾਂ ਹੁਣ ਸਵੇਰੇ ਜਿਹੜੀ ਮਾਰਨਿੰਗ ਟਾਈਮ ਹੁੰਦਾ ਨੈਸ਼ਨਲ ਕਾਲਜ ਦਾ, ਇੱਥੇ ਤਾਂ ਕਾਫੀ ਜਿੱਦਾਂ 60-70 ਦੇ ਲਾਗੇ ਪਲੇਅਰ ਜਿੱਦਾਂ ਜਿਹੜੇ ਟ੍ਰੇਨਿੰਗ ਲਾਗੇ ਲਾਗੇ ਪਿੰਡਾਂ ਤੋਂ, ਅਤੇ ਜਿਹੜੇ ਮੇਰੇ ਕੋਲ ਰਿਹਾਇਸ਼ ਕਰਦੇ ਆ ਮੁੰਡੇ, ਉਹ ਮੇਰੇ ਤੋਂ 10-15-20 ਦੇ ਵਿੱਚ ਲੱਗ ਕੇ ਹੈਗੇ ਮੇਰੇ ਤੋਂ ਭਾਅ ਜੀ ਪਲੇਅਰ। ਠੀਕ ਹੈ ਜੀ। ਇਹ ਜਿਹੜੀ ਟ੍ਰੇਨਿੰਗ ਕੈਂਪ ਲਾਉਂਦੇ ਆ ਤੁਸੀਂ, ਇਹ ਤੁਹਾਡੇ ਕੋਲ ਖਿਡਾਰੀ ਜਿਹੜੇ ਆਉਂਦੇ ਆ ਕਿੱਥੋਂ ਕਿੱਥੋਂ ਆਉਂਦੇ, ਕਿੰਨੀ ਕਿੰਨੀ ਦੂਰੋਂ ਆਉਂਦੇ ਆ? ਮੇਰੇ ਭਾਅ ਜੀ ਖਿਡਾਰੀ ਜਿੱਦਾਂ ਹੁਣ 100 ਕਿਲੋਮੀਟਰ ਤੋਂ ਉੱਪਰ ਹੀ ਪੈ ਜਾਂਦੇ, ਜਿੱਦਾਂ ਜ਼ਿਲ੍ਹਾ ਸੰਗਰੂਰ ਹੋ ਗਿਆ, ਮਾਨਸਾ ਹੋ ਗਿਆ, ਸਰਸਾ ਹੋ ਗਿਆ, ਭਾਅ ਜੀ ਸਰਸੇ ਤੋਂ ਵੀ ਪਲੇਅਰ ਆਏ ਆ ਕਾਫੀ ਦੂਰੋਂ ਭਾਅ ਜੀ ਪਲੇਅਰ, ਤੁਸੀਂ ਗੱਲ ਕਰ ਸਕਦੇ ਭਾਅ ਜੀ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਤੁਹਾਡਾ? ਦਲਵੀਰ ਸਿੰਘ। ਕਿੱਥੋਂ ਆਏ ਜੀ? ਭਾਈ ਚਨੇਰ ਪਿੰਡ ਤੋਂ। ਚਨੇਰ ਪਿੰਡ ਤੋਂ ਕਿੰਨੇ ਕਿਲੋਮੀਟਰ ਪੈਂਦਾ ਤੁਹਾਨੂੰ ਇੱਥੋਂ? ਭਾਅ ਜੀ ਹੈਗਾ ਤਕਰੀਬਨ 80-90 ਕਿਲੋਮੀਟਰ। ਤੇ ਇੱਥੇ ਰਹਿੰਦੇ ਹੋ ਤੁਸੀਂ? ਹਾਂ ਜੀ ਭਾਅ ਜੀ। ਇੱਥੇ ਤੁਹਾਨੂੰ ਰਿਹਾਇਸ਼ ਵਧੀਆ ਮਿਲਦੀ ਹੈ? ਹਾਂ ਜੀ ਭਾਅ ਜੀ, ਪੂਰੀ ਵਧੀਆ ਰਿਹਾਇਸ਼ ਮਿਲਦੀ ਹੈ ਸਾਨੂੰ। ਜਿਹੜੀ ਪੰਮਾ ਗਾਂਦਰਾ ਵਾਲਾ ਜੀ ਵੱਲੋਂ ਟ੍ਰੇਨਿੰਗ ਕੈਂਪ ਲਾਇਆ ਵਾ, ਉਹਦੇ ਵਿੱਚ ਤੁਹਾਨੂੰ ਕਿੰਨੇ ਘੰਟੇ ਮਤਲਬ ਟ੍ਰੇਨਿੰਗ ਕਰਵਾਈ ਜਾਂਦੀ ਹੈ ਤੇ ਤੁਸੀਂ ਵਧੀਆ, ਤੁਹਾਨੂੰ ਟ੍ਰੇਨਿੰਗ ਵਧੀਆ ਲੱਗਦੀ ਹੈ? ਹਾਂ ਜੀ ਭਾਅ ਜੀ, ਬਹੁਤ ਵਧੀਆ ਟ੍ਰੇਨਿੰਗ ਲੱਗਦੀ ਹੈ ਸਾਨੂੰ, ਤਕਰੀਬਨ 3 ਘੰਟੇ ਟ੍ਰੇਨਿੰਗ ਲੱਗਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਤੁਹਾਡਾ ਨਾਮ ਜੀ? ਨਾਮ ਮੇਰਾ ਜੀ ਸਲਮਾਨ ਜੀ। ਸਲਮਾਨ ਜੀ, ਕਿੱਥੋਂ ਆਏ ਹੋ ਜੀ? ਅਸੀਂ ਆਏ ਝਨੇਰ ਤੋਂ ਜੀ, ਸੰਗਰੂਰ ਲੱਗ ਗਏ ਜੀ, ਬਰੇਕ ਕੋਲੇ ਲੱਗ। ਤੇ ਤੁਸੀਂ ਬਤੌਰ ਕੀ ਬਣਨਾ ਚਾਹੁੰਦੇ, ਜਾਫੀ ਕ੍ਰੇਡਰ? ਕ੍ਰੇਡਰ ਬਣਨਾ ਚਾਹੁੰਦੇ ਹਾਂ ਜੀ। ਤੇ ਹੁਣ ਤੱਕ ਕਿੰਨੇ ਟੂਰਨਾਮੈਂਟ ਖੇਡ ਚੁੱਕੇ ਹੋ? ਟੂਰਨਾਮੈਂਟ ਜੀ ਮੈਂ 30-35 ਖੇਡ ਚੁੱਕਿਆ ਜੀ। ਵਧੀਆ ਪ੍ਰਦਰਸ਼ਨ ਕੀਤਾ ਕਿਤੇ? ਹਾਂ ਜੀ, ਹਾਂ ਜੀ, ਮੌਕਾ ਮਿਲਦਾ ਜੀ ਆਪਾਂ ਸੰਭਾਲਦੇ ਹਾਂ ਪੂਰਾ ਜੀ, ਵਧੀਆ ਜਿੰਨਾ ਵੀ ਟੀਮ ਦਿੰਦੀ ਦੀ ਮੌਕਾ ਜੀ, ਵਧੀਆ ਰੇਡ ਪਾਈ ਦੀ ਆਪਦੀ। ਆਉਣ ਵਾਲੇ ਸੀਜ਼ਨ ਦੇ ਵਿੱਚ ਕਿੰਨਾ ਕੁ ਪ੍ਰਦਰਸ਼ਨ ਵਧੀਆ ਕਰੋਗੇ, ਜੋ ਕਿ ਤੁਹਾਨੂੰ ਪੰਮਾ ਗਾਂਦਰਾ ਵਾਲੇ ਜੀ ਤੁਹਾਨੂੰ ਪਤਾ ਕਿੱਡੇ ਕਿੱਡੇ ਤਕੜੇ ਖਿਡਾਰੀ ਪੈਦਾ ਕੀਤੇ ਆ? ਹਾਂ ਜੀ, ਹਾਂ ਜੀ, ਸਾਨੂੰ ਪਤਾ ਜੀ ਉਸਤਾਦ ਨੇ ਬਹੁਤ ਤਕੜੇ ਪਲੇਅਰ ਪੈਦਾ ਕੀਤੇ ਆ ਜੀ, ਸਾਨੂੰ ਬਹੁਤ ਟ੍ਰੇਨਿੰਗ ਹਾਰਡਵਰਕ ਕਰਾਉਂਦੇ ਆ ਜੀ, ਵਧੀਆ ਸਾਨੂੰ ਸਿੱਖਿਆ ਵਧੀਆ ਮਿਲਦੀ ਹੈ ਇਹਨਾਂ ਤੋਂ, ਅਤੇ ਟ੍ਰੇਨਿੰਗ ਦੇ ਹਿਸਾਬ ਨਾਲ ਅਸੀਂ ਵਧੀਆ ਖੇਡਾਂਗੇ ਗਾਹਾਂ ਨੂੰ ਜੀ, ਜ਼ੋਰ ਮਾਰਾਂਗੇ ਪੂਰਾ ਜੀ, ਬਾਕੀ ਪਰਮਾਤਮਾ ਦੇ ਹੱਥ ਹੈ ਜੀ ਸਾਰਾ। ਆਪਣੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਤੁਹਾਡਾ ਨਾਮ ਜੀ? ਰਵੀ। ਕਿੱਥੋਂ ਆਏ ਜੀ ਤੁਸੀਂ? ਅਸੀਂ ਸਰਸੇ ਤੋਂ ਆਏ ਜੀ। ਸਰਸਾ ਕਿੰਨੀ ਦੂਰ ਪੈ ਜਾਂਦਾ ਇੱਥੋਂ? ਸਰਸਾ 230 ਕਿਲੋਮੀਟਰ ਪੈਂਦਾ ਜੀ। 230 ਕਿਲੋਮੀਟਰ ਤੋਂ ਤੁਹਾਨੂੰ ਕਿਹਨੇ ਨੇ ਦੱਸਿਆ ਕਿ ਪੰਮਾ ਗਾਂਦਰਾ ਵਾਲਾ ਜੀ ਨੈਸ਼ਨਲ ਕਾਲਜ ਦੇ ਵਿੱਚ ਟ੍ਰੇਨਿੰਗ ਦਿੰਦੇ ਕਬੱਡੀ ਦੇ ਖਿਡਾਰੀਆਂ ਨੂੰ? ਸਾਨੂੰ ਵੀ ਮੈਚਾਂ ਦੀ ਪਤਾ ਲੱਗਿਆ ਵੀ ਪੰਮਾ ਗਾਂਦਰਾ ਟ੍ਰੇਨਿੰਗ ਦਿੰਦੇ, ਪਿੰਡ ਕੈਂਪ ਲਾਉਂਦੇ ਆ ਜੀ, ਤਾਂ ਕਰਕੇ ਹੀ ਆਏ। ਠੀਕ ਹੈ ਜੀ। ਹਾਂਜੀ। ਤੇ ਇਹ ਜਿਹੜੀ ਟ੍ਰੇਨਿੰਗ ਕੈਂਪ ਹੈ ਤੁਸੀਂ ਇੱਥੇ ਰਹਿ ਕੇ ਲਾਉਂਦੇ ਹੋ ਜਾਂ ਡੇਲੀ ਅਪ ਡਾਊਨ ਕਰਦੇ? ਨਹੀਂ, ਇੱਥੇ ਰਹਿ ਕੇ ਲਾਉਂਦੇ। ਕਿੰਨੇ ਜਣੇ ਰਹਿੰਦੇ ਹੋ ਤੁਸੀਂ ਇੱਥੇ ਇਕੱਠੇ? ਅਸੀਂ 15-16 ਜਣੇ ਰਹਿੰਦੇ ਜੀ। ਤੁਸੀਂ ਕੀ ਬਣਨਾ ਚਾਹੁੰਦੇ ਹੋ, ਰੇਡਰ ਕਿ ਜਾਫੀ? ਰੇਡਰ ਜੀ। ਰੇਡਰ? ਹਾਂਜੀ। ਤੇ ਤੁਸੀਂ ਵੀ ਦੁੱਲਾ ਬੱਗਾ ਪਿੰਡ ਵਾਲੇ ਵਾਂਗੂ ਨਾਮ ਚਮਕਾਉਂਗੇ ਪੰਮਾ ਕੋਚ ਜੀ ਦਾ? ਜ਼ਰੂਰ ਜੀ, ਪ੍ਰਮਾਤਮਾ ਮੌਕਾ ਦੇਵੇ ਜ਼ਰੂਰ ਅਸੀਂ ਨਾਮ ਚਮਕਾਵਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਕਿੱਥੋਂ ਆਏ ਤੁਸੀਂ? ਭਾਅ ਜੀ ਮੈਂ ਪਿੰਡ ਧੰਦੀਵਾਲਾ, ਨੀਰ ਧੂਰੀ ਡਿਸਟ੍ਰਿਕਟ ਸੰਗਰੂਰ ਜੀ। ਧੂਰੀ ਤੋਂ? ਹਾਂਜੀ। ਧੂਰੀ ਤੋਂ ਤੁਸੀਂ ਕੀ ਬਣਨਾ ਚਾਹੁੰਦੇ? ਸਿਹਤ ਦੇ ਥੋੜ੍ਹੇ ਹੈਵੀ ਆ ਭਾਅ ਜੀ, ਮੈਂ ਰੇਡਰ ਹਾਂ ਜੀ। ਰੇਡਰ ਭਾਅ ਜੀ ਮੇਰੇ ਰੇਡਰ। ਠੀਕ ਹੈ ਜੀ। ਹਾਂਜੀ। ਤੇ ਹੁਣ ਤੱਕ ਕਿੰਨੇ ਟੂਰਨਾਮੈਂਟ ਖੇਡ ਚੁੱਕੇ ਹੋ? ਭਾਅ ਜੀ ਤਕਰੀਬ 5-6 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਜੀ, ਬਹੁਤ ਮੈਚ ਖੇਡ ਚੁੱਕੇ। ਤੁਹਾਡੀ ਖੁਰਾਕ ਕੀ ਹੈ ਦੱਸੋਗੇ? ਭਾਅ ਜੀ ਖੁਰਾਕ ਤਾਂ ਰੂਟੀਨ ਦੀਆਂ ਕੋਚ ਸਾਹਿਬ ਹੁਣ ਦੇ ਰਹੇ ਨੇ, ਉਹ ਸਾਹਿਬ ਨੂੰ ਚੱਲ ਰਿਹਾ ਜੀ, ਜਿਵੇਂ ਕੋਚ ਸਾਹਿਬ ਦੇ ਰਹੇ ਨੇ ਰੂਟੀਨ ਬਰਾ
ਅੱਧੂ ਬਾਅਦ ਬਣਾਉਣਾ ਸੀ ਜਾਂ ਦਰੀਆ ਵਗੈਰਾ, ਫਿਰ ਅੱਧੂ ਬਾਅਦ ਰੋਟੀ ਹੋ ਜਾਂਦੀ ਹੈ ਜੀ, ਫਿਰ ਸਰਦਾਈ ਵਗੈਰਾ ਹੋ ਜਾਂਦੀ ਹੈ। ਸ਼ਡਿਊਲ ਮੰਗਾਵਾ ਜਿਵੇਂ ਘੋਲ ਸਾਹਿਬ ਦਾ ਸ਼ਡਿਊਲ ਬਣਾਇਆ ਜੀ, ਉੱਦਾਂ ਚੱਲਦਾ। ਕਿਵੇਂ ਅਤੇ ਜਦੋਂ ਤੁਸੀਂ ਆਏ ਸੀ ਉਦੋਂ ਤੁਹਾਡਾ ਵੇਟ ਕਿੰਨਾ ਸੀਗਾ? ਵੇਟ ਹੈਗਾ ਸੀ 1.25 ਜੀ। ਅਤੇ ਹੁਣ ਕਿੰਨਾ ਆ? ਹੁਣ 1.15 ਕਰੇਗਾ ਜੀ। ਕਿੰਨੇ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਵੇਟ ਘੱਟ ਗਿਆ? ਤਕਰੀਬਨ 25 ਦਿਨ ਹੋ ਗਏ ਜੀ। 25 ਦਿਨ? ਅਤੇ ਆਉਣ ਵਾਲੇ 25 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਡਾ ਕੁਆਂਟਲ ਅਤੇ ਪੰਮਾ ਗਾਂਧਰ ਵਾਲਾ ਜੀ ਵੇਟ ਲੈ ਕੇ ਆਉਣਗੇ। ਹਾਂਜੀ ਸਰ, ਹਾਂਜੀ ਭਾਅ ਜੀ ਹੋਜੂਗਾ ਜੀ, ਹੋਜੂਗਾ ਭਾਅ ਜੀ। ਅਤੇ ਤੁਹਾਨੂੰ ਐਕਸਰਸਾਈਜ਼ ਕਰਨ ਤੋਂ ਬਾਅਦ 'ਚ ਥਕਾਵਟ ਨਹੀਂ ਮਹਿਸੂਸ ਹੁੰਦੀ? ਭਾਅ ਜੀ ਥਕਾਵਟ ਹੁੰਦੀ ਬਾਅਦ 'ਚ ਰਿਲੈਕਸ ਕਰਾਉਂਦੇ ਉਸਤਾਦ, ਉੱਧਰ ਰਿਲੈਕਸ ਐਕਸਰਸਾਈਜ਼ ਕਰਾਉਂਦੇ ਨੇ ਜੀ, ਰਿਲੈਕਸ ਹੋਣਾ ਸਰੀਰ ਜੀ, ਬਾਕੀ ਡਾਇਟ ਨਾਲ ਚੱਲਦਾ ਨਾ ਜੀ। ਤੁਹਾਨੂੰ ਪਤਾ ਕਿ ਕੋਚ ਸਾਹਿਬ ਨੇ ਕਿਹੜੇ ਕਿਹੜੇ ਖਿਡਾਰੀ ਪੈਦਾ ਕੀਤੇ ਆ, ਮਤਲਬ ਹੁਣ ਤੱਕ ਜਿਹੜੇ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਆ, ਕਿੰਨੀਆਂ ਕੰਟਰੀਆਂ ਦੇ ਵਿੱਚ ਖੇਡ ਚੁੱਕੇ ਆ, ਕਿਹੜੇ ਕਿਹੜੇ ਖਿਡਾਰੀ ਤੁਹਾਨੂੰ ਪਤਾ? ਹਾਂਜੀ ਭਾਅ ਜੀ, ਕਾਫੀ ਪਲੇਅਰ ਨੇ, ਮੇਨ ਦੁੱਲਾ ਬੱਗਾਵਣ ਚੱਲ ਰਿਹਾ ਜੀ, ਤਕਰੀਬਨ ਹਰ ਇੱਕ ਕੰਟਰੀ 'ਚ ਪਲੇਅਰ ਖੇਡਿਆ ਜੀ ਉਸਤਾਦ ਜੀ ਦਾ। ਹੁਣ ਕੌਣ, ਤਕਰੀਬਨ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਖੇਡਦੇ ਆ ਜੀ, ਅੱਜ ਸਾਲ ਖੇਡਦੇ ਜਿਹੜੇ ਉਸਤਾਦ ਜੀ ਦੇ ਪਲੇਅਰ ਝੰਡੇ ਪਿਆ ਜੀ, ਹਰ ਇੱਕ ਕੰਟਰੀ ਖੇਡਦੇ ਜੀ। ਅਤੇ ਤੁਸੀਂ ਵੀ ਬਾਕੀ ਖਿਡਾਰੀਆਂ ਦੇ ਵਾਂਗੂ ਕਬੱਡੀ ਕੋਚ ਪੰਮਾ ਗਾਂਧਰਾ ਵਾਲਾ ਜੀ ਦਾ ਨਾਮ ਰੋਸ਼ਨ ਕਰੋਗੇ? ਹਾਂਜੀ ਭਾਅ ਜੀ, ਸੋਚਿਆ ਤਾਂ ਇਹੀ ਹੋਇਆ, ਬਾਕੀ ਮਾਲਕ ਕਰੇ ਕਿਰਪਾ, ਸੱਚੇ ਪਾਤਸ਼ਾਹ ਨੇ ਹੱਥ ਫੜਿਆ ਤਾਂ ਜ਼ਰੂਰ ਕਰਾਂਗੇ ਐਤਕੀ, ਸੱਚੇ ਪਾਤਸ਼ਾਹ ਨੇ ਬਾਂਹ ਫੜੀ, ਉਸਤਾਦ ਜਾਂ ਨੌਜਵਾਨ ਚੱਕਾਂਗੇ ਉੱਪਰ ਚੱਕਾਂਗੇ ਜੀ। ਅਜੀ ਤੁਹਾਡਾ ਨਾਮ ਜੀ? ਅਮਰਦੀਪ ਜੀ। ਅਮਰਦੀਪ, ਅਮਰਦੀਪ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਲੁਧਿਆਣਾ ਦੀ। ਲੁਧਿਆਣਾ ਦਾ? ਇੱਥੇ ਰਹਿ ਕੇ ਟ੍ਰੇਨਿੰਗ ਕਰਦੇ ਹੋ ਤੁਸੀਂ? ਹਾਂਜੀ। ਅਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ? ਹੋ ਗਏ ਤਕਰੀਬਨ 25-26 ਦਿਨ ਹੋ ਗਏ। 25-26 ਦਿਨ? ਹਾਂਜੀ। ਅਤੇ 25-26 ਦਿਨਾਂ ਦੇ ਵਿੱਚ ਤੁਸੀਂ ਹੁਣ ਤੱਕ ਕੀ ਸਿੱਖਿਆ ਤੁਹਾਡਾ, ਮਤਲਬ ਕੀ ਇੱਥੇ ਤੱਕ ਆਇਆ ਜੋ ਮਤਲਬ ਤੁਹਾਨੂੰ ਰਿਹਾ ਵਧੀਆ ਲੱਗਾ? ਸਾਰਾ ਕੁਝ ਵਧੀਆ ਲੱਗਿਆ ਜੀ, ਜਿਵੇਂ ਜਿੱਦਾਂ ਕੋਚ ਪ੍ਰੈਕਟਿਸ ਕਰਾਉਂਦੇ ਆ ਜੀ, ਜਿਵੇਂ ਰੂਟੀਨ ਜੀ, ਖੁਰਾਕ ਖਰੂਕ ਪਾਣੀ ਮਿਲਣਾ ਜੀ, ਸਾਰਾ ਕੁਝ ਵਧੀਆ ਜੀ, ਜੋ ਚੱਲ ਰਿਹਾ ਬਾਬੇ ਦੀ ਕਿਰਪਾ ਜੀ। ਅਤੇ ਰੇਡਰ ਬਣੂਗੇ, ਜਾਫੀ ਬਣੂਗੇ? ਰੇਡਰ ਬਣਾਂਗੇ ਜੀ। ਆ ਜਿੰਨੇ ਸਾਰੇ ਬੈਠੇ 5 ਦੇ 5 ਰੇਡਰ ਵੀ ਬਣਨੇ ਆ, ਜਾਫੀ ਵੀ ਹੈਗਾ ਕੋਈ? ਹਾਂਜੀ ਜੀ, ਜਾਫੀ ਵੀ ਹੈਗੇ ਜੀ, ਬੰਦੇ ਉੱਧਰ ਖੜੇ ਆ ਜੀ ਸਾਡੇ ਭਾਅ ਜੀ ਨੇ। ਅੱਛਾ ਠੀਕ ਹੈ। ਅਤੇ ਤੁਸੀਂ ਵੀ ਬਾਕੀ ਖਿਡਾਰੀਆਂ ਦੇ ਵਾਂਗੂ ਨਾਮ ਉੱਚਾ ਰੋਸ਼ਨ ਕਰੋਗੇ? ਹਾਂਜੀ ਜੀ, ਜ਼ਰੂਰ ਕਰਾਂਗੇ, ਬਾਕੀ ਮਾਲਕ ਦੀ ਕਿਰਪਾ ਜੀ, ਸਾਡੇ ਵੱਲੋਂ ਤਾਂ ਸੰਘਰਸ਼ ਚੱਲ ਰਿਹਾ ਜੀ। ਪਹਿਲਾਂ ਕਿੰਨੇ ਟੂਰਨਾਮੈਂਟ ਖੇਡ ਚੁੱਕੇ ਤੁਸੀਂ? ਤਕਰੀਬਨ 60-65 ਟੂਰਨਾਮੈਂਟ ਖੇਡ ਚੁੱਕੇ ਹਾਂ ਜੀ। ਤੁਹਾਡਾ ਵੇਟ ਕਿੰਨਾ ਹੈ? ਮੇਰਾ ਜੀ ਹੈਗਾ 75 ਕਿਲੋ ਜੀ। ਅਤੇ ਹੁਣ ਸਿੱਧਾ ਆਲ ਓਪਨਾਂ 'ਚ ਖੇਡੂਗੇ ਜਾਂ ਅਕੈਡਮੀ 'ਚ? ਆਲ ਓਪਨਾਂ ਹੀ ਖੇਡਾਂਗੇ ਜੀ। ਠੀਕ ਹੈ, ਮਿਹਰਬਾਨੀ ਜੀ ਸਾਡੇ ਨਾਲ ਗੱਲਬਾਤ ਕਰਨੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਇਹਨਾਂ ਦੇ ਨਾਲ ਹੀ ਆਏ ਸਨ ਪੁਲਿਸ ਦੇ ਮੁਲਾਜ਼ਮ ਜਿਹੜੇ ਜੋ ਕਿ ਰਿਟਾਇਰ ਹੋ ਚੁੱਕੇ ਨੇ, ਉਹਨਾਂ ਤੋਂ ਵੀ ਗੱਲਬਾਤ ਕਰਦੇ ਆ। ਉਹ ਵੀ ਡੇਲੀ ਇੱਥੇ ਕਸਰਤ ਲਈ ਆਉਂਦੇ ਨੇ, ਸੈਰ ਕਰਨ ਆਉਂਦੇ ਨੇ ਮਾਰਨਿੰਗ ਟਾਈਮ ਦੇ ਵਿੱਚ ਜਦੋਂ ਪੰਮਾ ਗਾਂਧਰਾ ਜੀ ਟ੍ਰੇਨਿੰਗ ਲਗਾਉਂਦੇ ਨੇ, ਅਤੇ ਨਾਲ ਹੀ ਆਪਣੇ ASI ਰਹਿ ਚੁੱਕੇ ਰਿਟਾਇਰ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸਰ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਵੀ ਮਤਲਬ ਇੱਥੇ ਸਵੇਰੇ ਸਵੇਰੇ ਟ੍ਰੇਨਿੰਗ ਕੈਂਪ ਲੱਗਦਾ? ਜਦੋਂ ਸਵੇਰੇ ਇੱਥੇ ਆਈਦਾ ਆ, ਇੱਥੇ ਦਾ ਮਾਹੌਲ, ਇੱਥੇ ਦਾ ਜਿਹੜਾ ਕੋਈ ਵਹੀਕਲ ਨਹੀਂ ਹੁੰਦੇ ਸੜਕਾਂ 'ਤੇ, ਟੀ ਟੀ ਬੋੜੀ ਹੁੰਦੀ, ਇੱਥੇ ਸਭ ਦਾ ਪੀਸਫੁਲੀ ਜਿਹਾ ਸਾਰੇ ਸੈਰ ਕਰਦੇ ਆ। ਪਹਿਲੋਂ ਜਦੋਂ ਅਸੀਂ, ਮੈਂ ਹੁਣ ਲੱਗਾ, ਮੈਂ ਪੁਲਿਸ ਦੇ ਵਿੱਚ ਇੰਸਪੈਕਟਰ ਸੀਗਾ, ਰਿਟਾਇਰ ਹੋਇਆ 2002 ਵਿੱਚ, ਅਤੇ ਉਦੋਂ ਇੱਥੇ ਕੋਈ ਨਹੀਂ ਸੀ ਆਉਂਦਾ, ਅਸੀਂ ਆਉਂਦੇ ਹੁੰਦੇ ਸੀ ਬਹੁਤ। ਫਿਰ ਸਾਡੇ ਆਉਣ ਦੇ ਨਾਲ ਗਰਾਊਂਡਾਂ ਠੀਕ ਕਰਾਈਆਂ, ਇਹ ਫਿਰ ਪੰਮਾ ਆਉਣ ਲੱਗ ਪਿਆ, ਇਹਨਾਂ ਨੇ ਆਪਦੇ ਟ੍ਰੇਨਿੰਗ ਦੇਣ ਲੱਗ ਪਿਆ, ਇਹਨਾਂ ਨੇ ਬਹੁਤ ਬੱਚਿਆਂ ਨੂੰ ਇੱਥੇ ਮਿਹਨਤ ਕਰਾਉਂਦੇ ਆ ਬਹੁਤ ਵਧੀਆ ਤਰੀਕੇ ਦੇ ਨਾਲ। ਇਹਨਾਂ ਦੇ ਜਿਹੜੇ ਖਿਡਾਰੀ ਬਾਹਰ ਨਿਊਜ਼ੀਲੈਂਡ, ਹੋਰ ਸ਼ਹਿਰਾਂ ਦੇ, ਯੂਰਪ ਦੇ ਵਿੱਚ ਗਏ ਆ, ਇਹਨੂੰ ਵੀ ਵਿਚਾਰੇ ਨੂੰ ਕੋਈ ਰੁਜ਼ਗਾਰ ਚਾਹੀਦਾ, ਗੌਰਮੈਂਟ ਨੂੰ ਚਾਹੀਦਾ, ਇਹੋ ਜਿਹੇ ਜਿਹੜੇ ਕੋਚ ਆ ਬੱਚਿਆਂ ਨੂੰ ਸਿਖਾਲਦੇ ਆ, ਨਸ਼ਾ ਦੂਰ ਕਰਦੇ ਆ, ਉਹਨਾਂ ਦਾ ਵੀ ਕੋਈ ਰੋਜ਼ੀ ਰੋਟੀ ਦਾ ਬੰਦੋਬਸਤ ਕਰਨਾ ਚਾਹੀਦਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ, ਸਾਰਿਆਂ ਨੂੰ ਸੰਦੇਸ਼ ਮੇਰੇ ਲਈ ਇਹੋ ਜਿਹਾ ਦਾ ਵੀ ਹੌਸਲਾ ਅਫਜ਼ਾਈ ਹੋਣਾ ਚਾਹੀਦਾ ਆ। ਤੁਹਾਨੂੰ ਕਿੰਨਾ ਸਾਲ ਹੋ ਗਏ, ਤੁਹਾਨੂੰ ਕਿੰਨੇ ਸਾਲ ਹੋ ਗਏ ਦੇਖਦਿਆਂ ਨੂੰ ਪੰਮਾ ਗਾਂਧਰਾ ਜੀ ਵਾਲੇ ਇੱਥੇ ਟ੍ਰੇਨਿੰਗ ਦਿੰਦੇ ਨੂੰ? ਮੈਂ 2002 ਤੋਂ ਇੱਥੇ ਆਉਣਾ ਆ ਰੈਗੂਲਰਲੀ, ਉਦੋਂ ਤਾਂ ਮੈਂ ਇਹਨਾਂ ਦੇਖਦਾ ਵੀ ਇਹ ਬਹੁਤ ਅੱਛੀ ਟ੍ਰੇਨਿੰਗ ਦੇ ਰਹੇ ਆ, ਬੱਚੇ ਆਉਂਦੇ ਆ, ਉਹਨਾਂ ਨੂੰ ਇੱਦਾਂ ਨਹੀਂ ਤੂੰ ਇੱਦਾਂ ਕਰਨੀ ਇੱਦਾਂ, ਅਤੇ ਕੋਈ ਪਾਇਲਟ ਪੁਲਿਸ ਦੇ ਵਿੱਚ, ਕੋਈ ਮਿਲਟਰੀ 'ਚ, ਇਹਨਾਂ ਦੇ ਬੱਚੇ ਕਿਤੇ ਐਡਜਸਟ ਵੀ ਹੋਏ ਆ, ਹੈਂ, ਅਤੇ ਅਸੀਂ ਤਾਂ ਕਹਿੰਦੇ ਗਾਂਹ ਵੀ ਬੱਚੇ ਨੇ ਮਗਰ ਲਾ ਕੇ ਤਾਂ ਆਪਦਾ ਭਵਿੱਖ ਵਧੀਆ ਬਣਾਉਣ। ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇਹੋ ਹੀ ਆ ਵੀ ਜਿੰਨਾ ਵੀ ਆਪਦੇ ਮਾਂ ਬਾਪ ਦੇ ਆਗਿਆਕਾਰੀ ਹੋਵੋ, ਆਪਦੀ ਜ਼ਿੰਦਗੀ ਸੁਧਾਰੋ, ਜਿਹਨਾਂ ਨੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ ਆ, ਉਹਨਾਂ ਦੀ ਵੀ ਸੇਵਾ ਕਰ ਸਕੋ। ਜੇ ਤੁਸੀਂ ਆਪ ਅੱਛੇ ਹੋਵੋਗੇ ਤਦੇ ਕਰੋਗੇ ਸੇਵਾ, ਜੇ ਤੁਹਾਡੇ ਕੋਲ ਆਪ ਹੀ ਆਪਦਾ ਭਵਿੱਖ ਨਹੀਂ, ਆਪਦੇ ਮਾਂ ਬਾਪ ਦਾ ਤੁਸੀਂ ਭਵਿੱਖ ਕੀ ਬਣਾਓਗੇ? ਇਹ ਮੇਰਾ ਤਾਂ ਸੰਦੇਸ਼ ਆ ਵੀ ਤੁਸੀਂ ਚੰਗੇ ਸ਼ਹਿਰੀ ਬਣੋ ਤਾਂ ਕਿ ਬੁਰਿਆਈਆਂ ਤੋਂ ਦੂਰ ਰਹੋ, ਇਹੋ ਹੀ ਮੇਰਾ ਸਭ ਨੂੰ ਸੰਦੇਸ਼ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਅਜਿਹੇ ਕਬੱਡੀ ਕੈਂਪ ਹੋਣਾ ਬੱਚਿਆਂ ਦਾ ਇੱਕਮਾਤਰ ਸਹਾਰਾ ਹਨ ਜੋ ਵੱਡੇ ਟ੍ਰੇਨਿੰਗ ਸੈਂਟਰਾਂ ਵਿੱਚ ਜਾ ਕੇ ਨਹੀਂ ਸਿੱਖ ਸਕਦੇ। ਆਪਣੀ ਮਿਹਨਤ ਸਦਕਾ ਉੱਭਰਨ ਵਾਲੇ ਖਿਡਾਰੀਆਂ ਲਈ ਇਹ ਟ੍ਰੇਨਿੰਗ ਕੈਂਪ ਇੱਕ ਪ੍ਰੇਰਣਾ ਸਰੋਤ ਹਨ।
ਉਮੀਦ ਹੈ ਕਿ ਪੰਮਾ ਗਾਂਦਰਾ ਜਲਦ ਹੀ ਕਬੱਡੀ ਨੂੰ ਨਵਾਂ ਦੁੱਲਾ ਬੱਗਾ ਪਿੰਡ ਅਤੇ ਹੋਰ ਕਈ ਸਿਤਾਰੇ ਦੇਣਗੇ। ਨਕੋਦਰ ਤੋਂ ਪਰਮਜੀਤ ਪੰਮਾ ਅਤੇ ਜਸਵਿੰਦਰ ਸਿੰਘ ਦੇ ਨਾਲ ਟੋਰਾਂਟੋ ਤੋਂ ਬਿਊਰੋ ਰਿਪੋਰਟ TV NRI ਸਪੋਰਟ।